ਅਸਲਾਮ ਅਲੈਕੁਮ ਜੀ ਦੋਸਤੋ, ਕੀ ਹਾਲ ਹੈ ਜੀ? ਠੀਕ ਹੋ? ਮੈਂ ਰਜ਼ਾ ਸ਼ਾਹ ਔਰ ਤੁਸੀਂ ਦੇਖ ਰਹੇ ਹੋ ਯੂਟਿਊਬ ਚੈਨਲ ਗੋੜੋਂ ਕੀ ਦੁਨੀਆ। ਅੱਜ ਤਾਰੀਖ ਹੈ 28 ਅਗਸਤ 2024 ਅਤੇ ਹਮੇਸ਼ਾ ਦੀ ਤਰ੍ਹਾਂ ਅੱਜ ਤੁਹਾਡੇ ਵਾਸਤੇ ਖੂਬਸੂਰਤ ਜਾਨਵਰ ਫੌਟ ਸੇਲ ਲੈ ਕੇ ਆਇਆ। ਨਿਹਾਇਤ ਮੁਨਾਸਿਬ ਕੀਮਤ ਵਿੱਚ ਗੋੜੇ, ਗੋੜੀਆਂ, ਵਛੇਰੇ ਸਾਡੇ ਕੋਲ ਦਸਤਿਆਬ ਹੁੰਦੇ ਨੇ ਜੀ। ਤਮਾਮ ਦੋਸਤਾਂ ਅੱਗੇ ਗੁਜ਼ਾਰਿਸ਼ ਹੈ ਕਿ ਯੂਟਿਊਬ ਚੈਨਲ ਗੋੜੋਂ ਕੀ ਦੁਨੀਆ ਇਹਨੂੰ ਸਬਸਕ੍ਰਾਈਬ ਕਰ ਦਿਓ ਔਰ ਵੀਡੀਓਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਵੀ ਕਾਫੀ ਦੋਸਤ ਜੁੜ ਜਾਣ ਔਰ ਵੀਡੀਓ ਬਆਸਾਨੀ ਪਹੁੰਚ ਸਕੇ ਔਰ ਸਾਡੀ ਜਨਾਬ ਹੌਸਲਾ ਅਫਜ਼ਾਈ ਹੋ ਜਾਂਦੀ ਹੈ ਔਰ ਸਾਡਾ ਵੀ ਦਿਲ ਕਰਦਾ ਕਿ ਅਸੀਂ ਫਿਰ ਹੋਰ ਅੱਛੀ ਤੋਂ ਅੱਛੀ ਵੀਡੀਓਜ਼ ਲੈ ਕੇ ਆਈ ਜਨਾਬ ਵਾਸਤੇ। ਹੁਣ ਜਨਾਬ ਗੋੜਿਆਂ ਦੀ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਜਿਹੜਾ ਤੁਹਾਨੂੰ ਵਛੇਰਾ ਨਜ਼ਰ ਆ ਰਿਹਾ ਜੀ, ਮੁਸ਼ਕਾ ਰੰਗ ਹੈ, 4.5 ਮਹੀਨੇ ਉਮਰ ਹੈ ਔਰ ਕੀਮਤ ਇਹਦੀ 3,70,000 ਜੇ ਬਹਾਵਲ ਨਗਰ ਦੇ ਇਲਾਕੇ ਵਿੱਚ ਮੌਜੂਦ ਹੈ। ਮਾਸ਼ਾਅੱਲਾ ਬੜਾ ਖੂਬਸੂਰਤ ਵਛੇਰਾ ਜੀ ਅਤੇ ਕੀਮਤ ਤੁਹਾਨੂੰ ਦੱਸ ਦਿੱਤੀ ਹੈ। ਨੈਕਸਟ ਵਛੇਰਾ ਤੁਹਾਨੂੰ ਨਜ਼ਰ ਆ ਰਿਹਾ ਜੀ ਕੁਮੈਦ 5 ਕਲਿਆਣ, ਇਹਦੀ ਵੀ 4.5 ਮਹੀਨੇ ਉਮਰ ਹੈ, ਚਨਿਓੜ ਦੇ ਇਲਾਕੇ ਵਿੱਚ ਮੌਜੂਦ ਹੈ ਅਤੇ ਡਿਮਾਂਡ ਇਹਦੀ 4 ਲੱਖ ਕਰਦੇ ਜੇ ਥੋੜ੍ਹੀ ਬਹੁਤ ਕਮੀ ਬੇਸ਼ੀ ਵੀ ਹੋ ਜਾਏਗੀ। ਬਿਲਕੁਲ ਫਰੈਸ਼ ਵੀਡੀਓ ਵਿੱਚ ਚਾਰੋਂ ਪੈਰ ਸਫੈਦ ਨੇ, ਮੱਥਾ ਸਫੈਦ ਹੈ, ਕੰਨ ਕਨੌਤੀ ਬੜਾ ਸੋਹਣਾ ਵਛੇਰੇ ਦਾ। ਮਾਸ਼ਾਅੱਲਾ ਕਿਸੇ ਕਿਸਮ ਦਾ ਕੋਈ ਫਾਲਟ ਨਹੀਂ ਹੈ ਅਤੇ ਕੋਈ ਬਾਈ ਪਰਚੇਜ਼ ਕਰਨਾ ਚਾਹੁੰਦਾ ਤਾਂ ਰਾਬਤਾ ਕਰ ਸਕਦਾ। ਰਾਬਤਾ ਨੰਬਰ ਵੀ ਮੈਂ ਐਂਡ 'ਤੇ ਸ਼ੇਅਰ ਕਰ ਦਿਆਂਗਾ ਜੀ। ਤੁਸੀਂ ਜਿਹੜਾ ਵੀ ਜਾਨਵਰ ਤੁਹਾਨੂੰ ਪਸੰਦ ਹੋਵੇ ਸਕਰੀਨਸ਼ਾਟ ਲੈ ਕੇ ਉਸ ਨੰਬਰ 'ਤੇ ਭੇਜ ਕੇ ਮਜ਼ੀਦ ਗੱਲਬਾਤ ਕਰ ਸਕਦੇ ਹੋ। ਨੈਕਸਟ ਜਨਾਬ ਤੁਹਾਨੂੰ ਇੱਕ ਗੋੜੀ ਨਜ਼ਰ ਆ ਰਹੀ ਹੈ ਕੁੱਲੇ ਰੰਗ ਦੀ। ਅਕਸਰ ਦੋਸਤ ਪੁੱਛ ਰਹੇ ਹੁੰਦੇ ਨੇ ਸਾਨੂੰ ਕੋਈ ਵੱਡੇ ਹਾਈਟ ਦੀ ਗੋੜੀ ਲੱਭ ਕੇ ਦਿਓ, ਬਰੀਡਿੰਗ ਵਾਸਤੇ ਅਸੀਂ ਲੈਣੀ ਹੈ ਜੀ, ਬੇਸ਼ੱਕ ਸੁੱਕੀ ਵੀ ਹੋਵੇ। ਥੋੜ੍ਹੀ ਜਿਹੀ ਕਮਜ਼ੋਰ ਹੈ ਗੋੜੀ, ਬਾਕੀ ਹੱਥ ਪੈਰ ਦੀ ਸਾਫ਼ ਹੈ, ਕਨਫਰਮ ਸੂਅਲ ਗੋੜੀ ਹੈ ਜੀ। ਇਸ ਟਾਈਮ ਖਾਲੀ ਹੈ, ਪਿੱਛੇ ਬੱਚਾ ਛੱਡਿਆ ਸੋ। ਉਮਰ ਗੋੜੀ ਦੀ 7 ਸਾਲ ਹੈ, 62 ਇੰਚ ਮਾਲਿਕ ਕੱਦ ਦੱਸ ਰਹੇ ਨੇ ਜੀ ਔਰ ਆਪਣਾ ਸਰਗੋਧੇ ਦੇ ਇਲਾਕੇ ਵਿੱਚ ਮੌਜੂਦ ਹੈ ਗੋੜੀ। ਅਤੇ ਡਿਮਾਂਡ ਦੀ ਗੱਲ ਕਰੀਏ ਤਾਂ 3,80,000 ਮਾਲਿਕ ਇਹਦੀ ਡਿਮਾਂਡ ਕਰ ਰਹੇ ਨੇ ਜੀ, ਬਾਕੀ ਇਨਸ਼ਾਅੱਲਾ ਮੌਕੇ 'ਤੇ ਕਮੀ ਬੇਸ਼ੀ ਜ਼ਰੂਰ ਹੋ ਜਾਏਗੀ। ਅਤੇ ਚੈੱਕ ਕਰ ਲਓ ਵਛੇਰੀ, ਆਪਣਾ ਗੋੜੀ ਜੀ, ਥਾਂ ਦੀ ਵੀਡੀਓ ਅਟੈਚ ਕਰ ਰਿਹਾ, ਚੈੱਕ ਕਰੋ, ਹੱਥ ਪੈਰ ਨੂੰ ਨਜ਼ਰ ਮਾਰੋ। ਸੁੰਮ ਬਿਲਕੁਲ ਠੀਕ ਨੇ, ਗਮ 'ਚ ਛੋਟੀ ਛੋਟੀ ਹੈ, ਕੱਦ ਬੁੱਤ ਬਹੁਤ ਵੱਡਾ ਅਤੇ ਸੋਹਣਾ ਰੰਗ ਹੈ ਜੀ ਗੋੜੀ ਦਾ। ਬਾਕੀ ਸੂਅਲ ਵੀ ਗਰੰਟੀ ਹੈ ਅਤੇ ਕੋਈ ਬਾਈ ਡੇਰੇ ਵਾਸਤੇ ਰੱਖਣਾ ਚਾਹੵੇ ਜਾਂ ਬਰੀਡਿੰਗ ਵਾਸਤੇ ਤਾਂ ਬਹੁਤ ਜ਼ਿਆਦਾ ਸੂਟੇਬਲ ਹੈ। 3,80,000 ਮੰਗਦੇ ਪੈ ਜੇ, ਉਹਦੇ ਵਿੱਚੋਂ ਇਨਸ਼ਾਅੱਲਾ ਤੁਹਾਨੂੰ ਕਮੀ ਬੇਸ਼ੀ ਜ਼ਰੂਰ ਕਰਾ ਦਿਆਂਗੇ ਜੀ। ਅੱਛਾ, ਕਰ ਸਕਦੇ ਹੋ, ਹਰ ਚੀਜ਼ ਕਲੀਅਰ ਨਜ਼ਰ ਆ ਰਹੀ ਜੀ ਜਾਨਵਰ ਦੀ। ਮਾਸ਼ਾਅੱਲਾ ਜਾਤ ਪੁੱਛਲ ਕਾਲਾ, ਸਹੀ ਕੁੱਲਾ ਸਮਾਨ ਰੰਗ ਹੈ ਜੀ। ਨੈਕਸਟ ਤੁਹਾਨੂੰ ਇੱਕ ਗੋੜਾ ਨਜ਼ਰ ਆ ਰਿਹਾ ਮਾਸ਼ਾਅੱਲਾ ਜੀ, ਚਾਲਬਾਜ਼ ਨੇ ਜ਼ਬਾਜ਼ ਗੋੜਾ, ਮੁਸ਼ਕਾ ਰੰਗ ਹੈ ਅਤੇ ਡਬਲ ਬਾਡੀ ਦਾ ਗੋੜਾ ਜੇ। ਰੀਸੈਂਟਲੀ ਮੈਨੂੰ 2-3 ਕਾਲਾਂ ਆਈਆਂ ਸੀ ਦੋਸਤਾਂ ਦੀਆਂ ਵੀ ਕੋਈ ਬੇਐਬ ਗੋੜਾ, ਸੁਥਰਾ ਗੋੜਾ ਜਿਹੜਾ ਨੇਜ਼ਬਾਜ਼ ਸਾਨੂੰ ਲੱਭ ਕੇ ਦਿਓ ਅਤੇ ਜਨਾਬ ਇਸ ਤੋਂ ਫਿਰ ਹੋਰ ਸੁਥਰਾ ਕਿਵੇਂ ਦਾ ਹੁੰਦਾ ਚੈੱਕ ਕਰੋ। ਮਾਸ਼ਾਅੱਲਾ ਬਹੁਤ ਐਕਟਿਵ ਔਰ ਮੋਟਾ ਤਾਜ਼ਾ ਗੋੜਾ ਜੇ। ਇਹਦੀ ਡਿਟੇਲ ਹੈ ਵੇ ਕਿ ਉਮਰ ਇਹਦੀ ਸ਼ੁਰੂ 5 ਸਾਲ ਹੈ, ਹਾਈਟ 59 ਤੋਂ 60 ਇੰਚ ਹੈ ਜੀ ਅਤੇ ਲੋਕੇਸ਼ਨ ਇਹਦੀ ਹੈ ਜੀ ਗੁਜਰਾਤ, ਡਿਮਾਂਡ 5,50,000 ਕਰਦੇ ਜੇ, ਜਿਹਦੇ ਵਿੱਚੋਂ ਮਜ਼ੀਦ ਕਮੀ ਬੇਸ਼ੀ ਵੀ ਹੋ ਜਾਏਗੀ। ਇਹ ਜਨਾਬ ਦੀ ਥਾਂ ਦੀ ਵੀਡੀਓ ਜੇ, ਪਿਛਲੇ 2 ਪੈਰ ਸਫੈਦ ਨੇ, ਮੱਥੇ ਵਿੱਚ ਸਰੀ ਹੈ, ਕੰਨ ਕਨੌਤੀ ਬੜਾ ਸੋਹਣਾ ਸੋਹਣਾ, ਪੁੱਠਾ ਬੜਾ ਗੋਲ, ਡਬਲ ਬਾਡੀ ਦਾ ਗੋੜਾ ਜੀ। ਕੋਈ ਬਾਈ ਪਰਚੇਜ਼ ਕਰਨਾ ਚਾਹੁੰਦਾ ਤਾਂ ਇਸ ਵੀਡੀਓ ਦਾ ਸਕਰੀਨਸ਼ਾਟ ਲੈ ਕੇ ਅਤੇ ਵਟਸਐਪ 'ਤੇ ਭੇਜ ਕੇ ਤੁਸੀਂ ਮਜ਼ੀਦ ਗੱਲਬਾਤ ਕਰ ਸਕਦੇ ਹੋ। ਬਾਕੀ ਮੈਂ ਨੰਬਰ ਐਂਡ 'ਤੇ ਸ਼ੇਅਰ ਕਰ ਦਿਆਂਗਾ ਜੀ। ਅਤੇ ਇਹ ਘੋੜੇ ਦੀ ਪੱਟੀ ਦੀ ਵੀਡੀਓ ਵੀ ਆ ਗਈ ਜੇ, ਤੁਸੀਂ ਪੱਟੀ 'ਤੇ ਵੀ ਗੌਰ ਕਰ ਸਕਦੇ ਹੋ। ਮਾਸ਼ਾਅੱਲਾ ਬਹੁਤ ਅੱਛੀ ਸਪੀਡ ਹੈ ਨੇਜ਼ਾਬਾਜ਼ੀ ਵਿੱਚ। ਅਕਸਰ ਦੋਸਤ ਪੁੱਛ ਰਹੇ ਹੁੰਦੇ ਨੇ ਕਿ ਸਾਨੂੰ ਪੱਟੀ ਦੀ ਵੀਡੀਓ ਵੀ ਭੇਜੋ, ਅਤੇ ਇਸ ਕਰਕੇ ਤੁਹਾਡੀ ਆਸਾਨੀ ਲਈ ਮੈਂ ਪੱਟੀ ਦੀ ਵੀਡੀਓ ਵੀ ਨਾਲ ਹੀ ਅਟੈਚ ਕਰ ਰਿਹਾ। ਤੁਸੀਂ ਖੁਦ ਚੈੱਕ ਕਰ ਸਕਦੇ ਹੋ, ਤਸੱਲੀ ਕਰਕੇ ਪਰਚੇਜ਼ ਕਰਨਾ ਹੋਵੇ ਤਾਂ ਸਾਡੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ, ਇਨਸ਼ਾਅੱਲਾ ਕੀਮਤ ਵਿੱਚ ਕਮੀ ਬੇਸ਼ੀ ਜ਼ਰੂਰ ਹੋ ਜਾਏਗੀ ਜੀ। ਨੈਕਸਟ ਵਛੇਰਾ ਤੁਹਾਨੂੰ ਨਜ਼ਰ ਆ ਰਿਹਾ ਜੀ, ਛਾਪੇਦਾਰ ਨੁਕਰਾ ਵਛੇਰਾ।
ਬਾਬਾ ਅਮੀਰ ਸ਼ਾਹ ਹੈ ਜੀ ਜੰਗ ਵਿੱਚ, ਉਹਦੇ ਕੋਲ ਇੱਕ ਛਾਪੇਦਾਰ ਨੁਕਰਾ ਬਰੀਡਰ ਹੈ, ਉਸ ਘੋੜੇ ਦਾ ਮਾਲਕ ਬੱਚਾ ਦੱਸਦੇ ਜੇ, ਅਤੇ ਉਮਰ ਵਛੇਰੇ ਦੀ 5 ਮਹੀਨੇ ਹੈ। ਹਾਈਟ ਦੀ ਗੱਲ ਕਰੀਏ ਤਾਂ 52 ਇੰਚ ਹਾਈਟ ਹੈ। ਹਾਈਟ ਦੀ ਆਪਣਾ ਇੰਚੀ ਟੇਪ ਦੀ ਵੀਡੀਓ ਵੀ ਅਟੈਚ ਕਰ ਦਿਆਂਗਾ, ਨੈਕਸਟ ਤੁਸੀਂ ਚੈੱਕ ਕਰ ਲਓਗੇ ਇਸ ਵੀਡੀਓ ਵਿੱਚ ਮੈਂ ਅਟੈਚ ਕਰ ਰਿਹਾ। ਅਤੇ ਬਾਕੀ ਮਾਸ਼ਾਅੱਲਾ ਨਿਹਾਇਤ ਖੂਬਸੂਰਤ ਚੀਜ਼ ਹੈ, ਤੋਤੇ ਨੱਕਾ ਵਛੇਰਾ, ਕਿਸੇ ਕਿਸਮ ਦਾ ਕੋਈ ਫਾਲਟ ਨਹੀਂ। ਡਿਮਾਂਡ ਦੀ ਗੱਲ ਕਰੀਏ ਤਾਂ 9 ਲੱਖ ਜਨਾਬ ਇਹਦੀ ਡਿਮਾਂਡ ਮੰਗਦੇ ਪੈ ਜੇ। ਬਾਕੀ ਚੀਜ਼ ਤੁਹਾਡੇ ਸਾਹਮਣੇ ਵੇ, ਗਰਦਨ ਬੜੀ ਪਿਆਰੀ, ਅੰਗਾਸ ਬੜਾ ਪਿਆਰਾ, ਪੁੱਠਾ ਪਿਆਰਾ, ਛਾਪੇਦਾਰ ਨੁਕਰ ਹੈ ਜੀ, ਅਤੇ 9 ਲੱਖ ਵਿੱਚੋਂ ਇਨਸ਼ਾਅੱਲਾ ਕਮੀ ਬੇਸ਼ੀ ਜ਼ਰੂਰ ਹੋ ਜਾਏਗੀ। ਇਹ ਇੰਚੀ ਟੇਪ ਦੀ ਵੀਡੀਓ ਆ ਗਈ ਜੀ, ਇਹ 'ਚ ਤਸੱਲੀ ਕਰ ਲਓ। ਨੈਕਸਟ ਜਨਾਬ ਇੱਕ ਘੋੜੀ ਤੁਹਾਨੂੰ ਨਜ਼ਰ ਆਉਣ ਰਹੀ ਹੈ। ਇਹ ਜਨਾਬ ਕੁਛ ਦੋਸਤ ਕਹਿੰਦੇ ਜੀ ਤੁਸੀਂ ਰੇਟ ਚੁੱਕ ਦਿੱਤੇ ਨੇ, ਹੁਣ ਨੁਕਰੀ ਘੋੜੀ ਦਾ ਤੁਸੀਂ ਰੇਟ ਸੁਣ ਲਓਗੇ, ਬੜਾ ਮਾਕੂਲ ਪ੍ਰਾਈਜ਼ ਹੈ ਜੀ। 8 ਮਹੀਨੇ ਦੀ ਘੋੜੀ ਗੱਬਣ ਜੇ ਗਰੰਟੀ ਨਾਲ, ਉਮਰ 5 ਸਾਲ ਹੈ, 58 ਇੰਚ ਪਲੱਸ ਕੱਦ ਸੂੰ, ਅੱਖਾਂ ਦੋਵੇਂ ਕਾਲੀਆਂ ਨੇ, ਮੱਥਾ ਸਾਫ਼, ਪੈਰਾਂ ਦੀ ਹੱਥ ਪੈਰ ਦੀ ਬਿਲਕੁਲ ਸਾਫ਼ ਹੈ ਜੀ, ਪਿਓਰ ਦੇਸੀ ਰਾਵੀ ਬਰੀਡ ਹੈ। ਇਹ ਇੰਚੀ ਟੇਪ ਦੀ ਵੀਡੀਓ ਅਟੈਚ ਕਰ ਰਹੇ ਹਾਂ, ਇਹ ਵੀ ਚੈੱਕ ਕਰੋ, ਹਾਈਟ ਤੁਹਾਡੇ ਸਾਹਮਣੇ ਜਾ ਰਹੀ ਹੈ ਜੀ। ਔਰ ਉਸ ਤੋਂ ਬਾਅਦ ਅਲਟਰਾਸਾਊਂਡ ਦੀ ਵੀਡੀਓ ਵੀ ਅਟੈਚ ਕਰ ਰਿਹਾ ਹਾਂਗਾ, ਉਹ ਵੀ ਕੋਈ ਬਾਈ ਆਪਣਾ ਤਸੱਲੀ ਕਰ ਲਵੇ ਅਲਟਰਾਸਾਊਂਡ ਦੀ ਵੀਡੀਓ। ਅਤੇ ਇਹ ਜਨਾਬ ਉਸ ਤੋਂ ਬਾਅਦ ਦੰਦਾਂ ਦੀ ਵੀਡੀਓ ਆ ਗਈ ਜੇ, ਦੰਦਾਂ ਦੀ ਵੀਡੀਓ ਚੈੱਕ ਕਰ ਲਓ, ਗੋਲੀ ਸ਼ੁਰੂ 5 ਸਾਲ, ਕੋਈ ਜ਼ਿਆਦਾ ਉਮਰ ਦੀ ਨਹੀਂ ਹੈ। ਇਹ ਜਨਾਬ ਹੈ ਜੇ ਆਪਣਾ ਅਲਟਰਾਸਾਊਂਡ ਦੀ ਵੀਡੀਓ, 8 ਮਹੀਨੇ ਦੀ ਗੋਲੀ ਕਨਫਰਮ ਪ੍ਰੈਗਨੈਂਟ ਹੈ, ਅਤੇ ਫੈਸਲਾਬਾਦ ਦੇ ਇਲਾਕੇ ਵਿੱਚ ਮੌਜੂਦ ਹੈ। ਡਿਮਾਂਡ ਦੀ ਗੱਲ ਕਰੀਏ ਤਾਂ 9 ਲੱਖ ਜਨਾਬ ਇਹਦੀ ਡਿਮਾਂਡ ਜੇ, ਉਦੋਂ ਵਿੱਚ ਇਨਸ਼ਾਅੱਲਾ ਕਮੀ ਬੇਸ਼ੀ ਜ਼ਰੂਰ ਹੋ ਜਾਏਗੀ। ਕੋਈ ਬਾਈ ਪਰਚੇਜ਼ ਕਰਨਾ ਚਾਹੁੰਦਾ, ਇਸ ਵੀਡੀਓ ਦਾ ਸਕਰੀਨਸ਼ਾਟ ਲੈ ਕੇ ਵਟਸਐਪ ਨੰਬਰ 0315 40 26 902 ਉਹਦੇ ਉੱਤੇ ਭੇਜ ਕੇ ਤੁਸੀਂ ਮਜ਼ੀਦ ਗੱਲਬਾਤ ਕਰ ਸਕਦੇ ਹੋ। ਇਹ ਜਨਾਬ ਅਲਟਰਾਸਾਊਂਡ ਦੀ ਵੀਡੀਓ ਹੈ, ਬਿਲਕੁਲ ਚੈੱਕ ਹੋ ਚੁੱਕੀ ਹੈ ਘੋੜੀ, ਅਤੇ ਅਗਰ ਤੁਸੀਂ ਵੀ ਲੈਣੀ ਤਾਂ ਆਪਣਾ ਬੇਸ਼ੱਕ ਮੌਕੇ 'ਤੇ ਡਾਕਟਰ ਲੈ ਆਓ, ਅਤੇ ਘੋੜੀ ਤਸੱਲੀ ਕਰਕੇ ਮੌਕੇ 'ਤੇ ਗੱਬਣ ਚੈੱਕ ਕਰਾ ਕੇ ਲੈ ਜਾਓ। 8 ਲੱਖ ਰੁਪਏ ਯਕੀਨ ਕਰੋ, ਇੱਕ ਛੋਟੀ ਵਛੇਰੀ ਦਾ ਰੇਟ ਹੈ, ਨੁਕਰੀ ਵਛੇਰੀ ਦਾ 9 ਲੱਖ ਡਿਮਾਂਡ, 8 ਲੱਖ 'ਚ ਇਨਸ਼ਾਅੱਲਾ ਤੁਹਾਨੂੰ ਫਾਈਨਲ ਹੋ ਜਾਏਗੀ, ਠੀਕ ਹੈ ਜੀ। ਇਸ ਤੋਂ ਜ਼ਿਆਦਾ ਮੁਨਾਸਿਬ ਕੀਮਤ ਦੀ ਮੈਂ ਨਹੀਂ ਸਮਝਦਾ ਕਿ ਕੋਈ ਨੁਕਰੀ ਘੋੜੀ ਤੁਹਾਨੂੰ ਲੱਭੇਗੀ, ਰੋਜ਼ ਮੁਨਾਸਿਬ ਸੌਦੇ ਨਹੀਂ ਲੱਭਦੇ। ਇਸ ਕਰਕੇ ਕੋਈ ਬਾਈ ਨੁਕਰੀ ਗੱਬਨ ਘੋੜੀ ਲੈਣਾ ਚਾਹ ਰਿਹਾ ਤਾਂ ਸਾਡੇ ਨਾਲ ਰਾਬਤਾ ਕਰ ਸਕਦਾ, ਅਤੇ ਇਤਨੀ ਕੀਮਤ ਵਿੱਚ ਤਾਂ ਨੁਕਰਾ ਬੱਚਾ ਲੱਭ ਰਿਹਾ ਜੀ ਅੱਜ ਕੱਲ੍ਹ। ਇਹ ਜਨਾਬ ਨੈਕਸਟ ਵਛੇਰੀ ਤੁਹਾਨੂੰ ਇੱਕ ਨਜ਼ਰ ਆ ਰਹੀ, 5 ਕਲਿਆਣ, ਅਤੇ ਉਹਦੇ ਨਾਲ ਹੀ ਇੱਕ 5 ਕਲਿਆਣ ਘੋੜੀ ਖੜ੍ਹੀ ਹੈ। ਵਛੇਰੀ ਦੀ ਉਮਰ 6 ਮਹੀਨੇ ਹੈ, ਅਤੇ ਘੋੜੀ ਦੀ ਉਮਰ 5.5 ਤੋਂ 6 ਸਾਲ ਹੈ, ਅਤੇ ਹਾਈਟ ਘੋੜੀ ਦੀ 56 ਤੋਂ 57 ਇੰਚ, ਦੁਬਾਰਾ 5 ਮਹੀਨੇ ਦੀ ਕਨਫਰਮ ਗੱਬਣ ਜੀ ਘੋੜੀ। ਘੋੜੀ ਵੀ 5 ਕਲਿਆਣ ਹੈ ਔਰ ਵਛੇਰੀ ਵੀ 5 ਕਲਿਆਣ ਹੈ ਮਾਸ਼ਾਅੱਲਾ, ਅਤੇ ਹਾਈਟ ਦੀ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ। ਮੈਂ ਇੰਚੀ ਟੇਪ ਲਵਾ ਕੇ ਵੀਡੀਓ ਅਟੈਚ ਕਰ ਰਿਹਾ, ਕੋਸ਼ਿਸ਼ ਇਹੀ ਕਰੀ ਦੀ ਹੈ ਕਿ ਵੀਡੀਓ ਦੇ ਵਿੱਚ 80 ਤੋਂ 90% ਕਲੀਅਰ ਹੋ ਜਾਏ ਜਾਨਵਰ, ਤਾਂ ਕਿ ਕਿਸੇ ਵੀਰ ਨੂੰ ਕੋਈ ਚੱਕਰ ਨਾ ਪਵੇ। ਅਤੇ ਹੁਣ ਇਹਨਾਂ ਦੀ ਕੀਮਤ ਸੁਣ ਲਓ ਜੀ, ਬੜੀ ਹੀ ਮਾਕੂਲ ਪ੍ਰਾਈਜ਼ ਹੈ, 4 ਲੱਖ ਰੁਪਈਆ ਇਹਨਾਂ ਦੋਵਾਂ ਦੀ ਡਿਮਾਂਡ ਜੇ, ਜਿਹਦੇ ਵਿੱਚੋਂ ਵੀ ਇਨਸ਼ਾਅੱਲਾ ਕਮੀ ਬੇਸ਼ੀ ਹੋ ਜਾਏਗੀ। ਇਹ ਹੱਥ ਪੈਰ ਚੈੱਕ ਕਰੋ, ਬਿਲਕੁਲ ਸ਼ੀਸ਼ੇ ਵਾਂਗ ਨੇ, 5 ਕਲਿਆਣ ਬਰਾਬਰ ਅਤੇ 4 ਪੈਰ ਸਫੈਦ ਮਾਸ਼ਾਅੱਲਾ, ਅਤੇ ਕੱਦ ਦੀ ਬਸ ਦਰਮਿਆਨੀ ਗੋੜੀ। ਬਾਕੀ ਵਛੇਰੀ ਜਿਹੜੀ ਹੈ ਬਹੁਤ ਬ੍ਰੈਂਡ ਹੈ, ਬੜੀ ਅੱਛੀ ਨਸਲ ਦੀ ਕੋਈ ਵਛੇਰੀ ਹੈ, ਅਤੇ ਨੁਕਰੇ ਘੋੜੇ ਦੀ ਬੱਚੀ ਜੇ, ਇਨਸ਼ਾਅੱਲਾ ਵੱਡੀ ਘੋੜੀ ਬਣੇਗੀ। ਨੈਕਸਟ ਜਨਾਬ ਤੁਹਾਨੂੰ ਇੱਕ ਛਾਪੇਦਾਰ ਨੁਕਰਾ ਘੋੜਾ ਨਜ਼ਰ ਆ ਰਿਹਾ ਜੀ, ਇਹ ਵੀ ਫੋਰ ਸੇਲ ਹੈ, ਚੀਚਾ ਪਤਨੀ ਦੇ ਇਲਾਕੇ ਵਿੱਚ ਮੌਜੂਦ ਹੈ ਘੋੜਾ, 5.5 ਤੋਂ 6 ਸਾਲ ਉਮਰ ਹੈ, 60 ਇੰਚ ਪਲੱਸ ਘੋੜੇ ਦਾ ਕੱਦ ਹੈ ਜੀ, ਅਤੇ ਪਿਓਰ ਦੇਸੀ ਰਾਵੀ ਬਰੀਡ ਹੈ, ਸਵਾਰੀ ਵਾਸਤੇ ਵੀ ਬਹੁਤ ਬਿਹਤਰੀਨ ਹੈ। ਅਗਰ ਕੋਈ ਬਾਈ ਐਜ਼ ਏ ਬਰੀਡਰ ਪਰਚੇਜ਼ ਕਰਨਾ ਚਾਹੇ ਤਾਂ ਬਰੀਡਿੰਗ ਵਾਸਤੇ ਵੀ ਬਹੁਤ ਅੱਛਾ, ਬੜੇ ਅੱਛੇ ਇਹਦੇ ਬੱਚੇ ਸੇਲ ਹੋ ਰਹੇ ਨੇ, ਬਹੁਤ ਅੱਛਾ ਰਿਜ਼ਲਟ ਦੇ ਰਿਹਾ, ਨੁਕਰੇ ਬੱਚੇ ਦੇ ਰਿਹਾ। ਗਰਦਨ ਅੰਗਾਸ ਤੁਹਾਡੇ ਸਾਹਮਣੇ ਵੇ ਮਾਸ਼ਾਅੱਲਾ, ਕਿਆ ਬਾਤ ਹੈ, ਕੰਨ ਛੋਟੇ ਛੋਟੇ, ਸਵਾਰੀ ਦਾ ਬਿਲਕੁਲ ਸਾਫ਼ ਸ਼ਰੀਫ ਅਸੀਲ ਘੋੜਾ ਜੀ, ਡਬਲ ਬਾਡੀਆਂ ਦਾ ਘੋੜਾ, ਸੀਨਾ ਬੜਾ ਚੌੜਾ ਜੀ, ਮਾਸ਼ਾਅੱਲਾ ਕਿਆ ਬਾਤ ਹੈ, ਚੈੱਕ ਕਰੋ।
ਅਤੇ ਡਿਮਾਂਡ ਦੀ ਗੱਲ ਕਰੀਏ ਤਾਂ 9 ਲੱਖ ਮਾਲਕ ਇਹਦੀ ਡਿਮਾਂਡ ਕਰਦੇ ਪਏ, ਜੇ ਮਜ਼ੀਦ ਮੌਕੇ 'ਤੇ ਕਮੀ ਬੇਸ਼ੀ ਹੋ ਜਾਏਗੀ। ਅਤੇ ਨੈਕਸਟ ਵੀਡੀਓ 'ਚ ਤੁਹਾਨੂੰ ਇੱਕ ਕੰਨ ਜੋੜ ਕੱਟ ਮੁਸ਼ਕਾ ਵਛੇਰਾ ਨਜ਼ਰ ਆ ਰਿਹਾ ਜੀ, ਮਾਸ਼ਾਅੱਲਾ 12 ਮਹੀਨੇ ਵਛੇਰੇ ਦੀ ਉਮਰ ਹੈ ਅਤੇ 54 ਇੰਚ ਕੱਦ ਜੇ। ਬਹਾਵਲ ਨਗਰ ਦੇ ਇਲਾਕੇ ਵਿੱਚ ਵਛੇਰਾ ਮੌਜੂਦ ਹੈ ਅਤੇ ਡਿਮਾਂਡ ਦੀ ਗੱਲ ਕਰੀਏ ਤਾਂ 3,70,000 ਡਿਮਾਂਡ ਕਰਦੇ ਪਏ ਜੇ, ਜਿਹਦੇ ਵਿੱਚ ਮੌਕੇ 'ਤੇ ਥੋੜ੍ਹੀ ਬਹੁਤ ਕਮੀ ਬੇਸ਼ੀ ਹੋ ਜਾਏਗੀ। ਚੈੱਕ ਕਰ ਸਕਦੇ ਹੋ ਚਿਹਰੇ ਦੇ ਕੰਨ ਕਨੌਤੀ, ਬੜਾ ਸੋਹਣਾ ਕੱਟ ਮੁਸ਼ਕਾ ਰੰਗ, ਇਸ ਤਰ੍ਹਾਂ ਦਾ ਰੰਗ ਜਿਹੜਾ ਵੈਸੇ ਤਾਂ ਮੁਸ਼ਕੇ ਕਈ ਕਹਿੰਦੇ ਨੇ, ਲੇਕਿਨ ਜਿਹੜਾ ਸਹੀ ਮਾਨੇ 'ਚ ਕੱਟ ਮੁਸ਼ਕਾ ਹੁੰਦਾ ਉਹ ਰੰਗ ਜੀ ਜੈੱਟ ਬਲੈਕ, ਬਹੁਤ ਖੂਬਸੂਰਤ ਚੀਜ਼ ਹੈ। ਕੋਈ ਵਾਈ ਪਰਚੇਜ਼ ਕਰਨਾ ਚਾਹੁੰਦਾ ਅਤੇ ਰਾਬਤਾ ਨੰਬਰ ਮੈਂ ਸ਼ੇਅਰ ਕਰ ਦਿੱਤਾ, ਸਕਰੀਨ 'ਤੇ ਵੀ ਚੱਲ ਰਿਹਾ, ਤੁਸੀਂ ਰਾਬਤਾ ਕਰ ਸਕਦੇ ਹੋ। ਇਸ ਵੀਡੀਓ ਦਾ ਸਕਰੀਨਸ਼ਾਟ ਲੈ ਕੇ ਵਟਸਐਪ 'ਤੇ ਭੇਜ ਕੇ ਗੱਲਬਾਤ ਕਰ ਸਕਦੇ ਹੋ, ਇਨਸ਼ਾਅੱਲਾ ਰੇਟ ਵਿੱਚ ਜ਼ਰੂਰ ਕਮੀ ਬੇਸ਼ੀ ਹੋ ਜਾਏਗੀ। ਨੈਕਸਟ ਵੀਡੀਓ ਵਿੱਚ ਜਨਾਬ ਤੁਹਾਨੂੰ ਇੱਕ ਗੋਲੀ ਨਜ਼ਰ ਆ ਰਹੀ ਕੁਮੈਤ, ਅਤੇ ਉਮਰ ਗੋਲੀ ਦੀ 4 ਸਾਲ ਜੇ, 59 ਇੰਚ ਕੱਦੇ, ਔਰ ਇਸ ਟਾਈਮ 4 ਮਹੀਨੇ ਦੀ ਗੋਲੀ ਗੱਬਣ ਹੈ ਨੁਕਰੇ ਘੋੜੇ ਤੋਂ। ਜ਼ੁਲੇ ਸਿਆਲ ਵਾਲਾ ਜਿਹੜਾ ਘੋੜਾ ਜੀ TM ਫਾਰਮ 'ਤੇ ਮੌਜੂਦ ਹੈ, ਉਸ ਘੋੜੇ ਦੇ ਬੱਚੇ ਤੋਂ ਗੱਬਣ ਹੈ ਗੋਲੀ, ਅਤੇ ਦੰਦਾਂ ਦੀ ਵੀਡੀਓ ਵੀ ਅਟੈਚ ਕਰ ਰਿਹਾ, ਔਰ ਚੈੱਕ ਕਰੋ ਤੁਸੀਂ, ਬਿਲਕੁਲ ਜਵਾਨ ਗੋਲੀ ਹੈ, ਸ਼ੁਰੂ 5 ਸਾਲ, 4 ਸਾਢੇ 4 ਸਾਲ ਉਮਰ ਹੈ, ਔਰ ਅਲਟਰਾਸਾਊਂਡ ਇਹਦਾ ਹੋ ਚੁੱਕਿਆ, ਅਲਟਰਾਸਾਊਂਡ ਦੀ ਵੀਡੀਓ ਵੀ ਅਟੈਚ ਕਰ ਰਿਹਾ, ਬਾਕੀ ਕ੍ਰੋਸਿੰਗ ਵੀਡੀਓ ਵੀ ਤੁਹਾਨੂੰ ਮਿਲ ਜਾਏਗੀ। ਠੀਕ ਹੈ ਜੀ, ਨੁਕਰੇ ਘੋੜੇ ਤੋਂ ਗੱਬਣ ਹੈ ਕਨਫਰਮ, ਅਤੇ ਡਿਮਾਂਡ ਇਹਦੀ ਮਾਲਕ 7 ਲੱਖ ਕਰਦੇ ਪੈ ਜੇ, ਜੇਹਲਮ ਦੇ ਇਲਾਕੇ ਵਿੱਚ ਮੌਜੂਦ ਹੈ। ਇਨਸ਼ਾਅੱਲਾ ਮੌਕੇ 'ਤੇ ਕਮੀ ਬੇਸ਼ੀ ਜ਼ਰੂਰ ਕਰਾ ਦਿਆਂਗੇ। ਕੋਈ ਬਾਈ ਪਰਚੇਜ਼ ਕਰਨਾ ਚਾਹੁੰਦਾ ਤਾਂ ਇਸ ਵੀਡੀਓ ਦਾ ਸਕਰੀਨਸ਼ਾਟ ਲੈ ਕੇ ਵਟਸਐਪ 'ਤੇ ਭੇਜ ਕੇ ਗੱਲਬਾਤ ਕਰ ਸਕਦੇ ਹੋ। ਨੈਕਸਟ ਵੀਡੀਓ ਵਿੱਚ ਜਨਾਬ ਨੂੰ ਇੱਕ ਸਾਵਾ ਨੁਕਰਾ ਘੋੜਾ ਨਜ਼ਰ ਆ ਰਿਹਾ ਜੀ, ਸਾਵਾ ਛਾਪੇਦਾਰ ਹੈ, ਮਾਸ਼ਾਅੱਲਾ ਨਿਹਾਇਤ ਮੁਨਾਸਿਬ ਕੀਮਤ 'ਚ ਹੈ। ਜਿਹੜੇ ਦੋਸਤ ਨਵੇਂ ਨੇਜ਼ਾਬਾਜ਼ੀ ਸਿੱਖ ਰਹੇ ਹੁੰਦੇ ਉਹਨਾਂ ਵਾਸਤੇ ਤਾਂ ਯਕੀਨ ਕਰੋ ਤੋਹਫਾ ਜੇ, ਇਸ ਤੋਂ ਹੋਰ ਮੁਨਾਸਿਬ ਘੋੜਾ ਤੁਹਾਨੂੰ ਨਹੀਂ ਲੱਭਣਾ। ਅਤੇ ਉਮਰ ਘੋੜੇ ਦੀ 7 ਸਾਲ ਹੈ, ਪੱਕਾ ਨੇਜ਼ਾਬਾਜ਼ ਘੋੜਾ, ਅਤੇ ਹੱਥ ਪੈਰ ਦਾ ਬਿਲਕੁਲ ਸ਼ੀਸ਼ੇ ਵਾਂਗ ਹੈ, ਹਾਈਟ 57.5 ਤੋਂ 58 ਇੰਚ ਹੈ, ਡਿਮਾਂਡ ਇਹਦੀ 2,70,000 ਜੇ, ਜੇਹਲਮ ਦੇ ਇਲਾਕੇ ਵਿੱਚ ਘੋੜਾ ਮੌਜੂਦ ਹੈ। ਇਹ ਜਨਾਬ ਇਹਦੀ ਪੱਟੀ ਦੀ ਵੀਡੀਓ ਜੇ, ਇਹਦੀ ਅਲਟਰਾ ਆਪਣਾ ਕੀ ਕਹਿੰਦੇ ਨੇ ਇੰਚੀ ਟੇਪ ਦੀ ਵੀਡੀਓ, ਉਹ ਵੀ ਅਟੈਚ ਕਰ ਦੇਣਾ, ਤੁਸੀਂ ਚੈੱਕ ਕਰ ਲਓਗੇ। ਇਹ ਘੋੜਾ ਜੇ ਰੰਗ ਹੈ ਤਾਂ ਤੁਹਾਡੇ ਸਾਹਮਣੇ ਹੈ, ਔਰ ਬਿਲਕੁਲ ਫਰੈਸ਼ ਕੰਡੀਸ਼ਨ ਵਿੱਚ ਹੈ, ਇਸੇ ਕੰਡੀਸ਼ਨ ਵਿੱਚ ਤੁਹਾਨੂੰ ਮਿਲੇਗਾ ਜੋ ਤੁਹਾਨੂੰ ਨਜ਼ਰ ਆ ਰਿਹਾ। 2,70,000 ਡਿਮਾਂਡ, ਇਨਸ਼ਾਅੱਲਾ ਉਹਦੇ ਵਿੱਚੋਂ ਵੀ ਕਮੀ ਬੇਸ਼ੀ ਜ਼ਰੂਰ ਹੋ ਜਾਏਗੀ। ਰਾਬਤਾ ਨੰਬਰ ਜੇ ਸਿਰਫ ਵਟਸਐਪ 0315-40-26-902, ਅਤੇ ਬਾਕੀ ਜਨਾਬ ਵੀਡੀਓ ਪੂਰੀ ਵੇਖਿਆ ਕਰੋ, ਔਰ ਲਾਈਕ ਕਮੈਂਟ ਲਾਜ਼ਮੀ ਕਰਿਆ ਕਰੋ ਜੀ, ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਸਪੋਰਟ ਕਰਿਆ ਕਰੋ, ਚੈਨਲ ਨੂੰ ਫਾਲੋ ਕਰਿਆ ਕਰੋ, ਤਮਾਮ ਦੋਸਤਾਂ ਨਾਲ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਜੀ। ਤਮਾਮ ਦੋਸਤਾਂ ਦਾ ਸ਼ੁਕਰੀਆ ਜਿਹੜੇ ਸਾਨੂੰ ਲਾਈਕ ਕਰਦੇ ਨੇ, ਫਾਲੋ ਕਰਦੇ।